ਅਸਲਾਮ ਵਾਲੇਕੁਮ ਵੀਵਰ, ਮੈਂ ਹਾਂ ਯਾਸਰ ਸੰਧੂ, ਤੁਸੀਂ ਵੇਖ ਰਹੇ ਹੋ ਟਰੈਕਟਰ ਜ਼ੋਨ ਯੂਟਿਊਬ ਚੈਨਲ। ਅਤੇ ਅੱਜ ਜਨਾਬ ਆਪਾਂ ਆਪਣੇ ਇਲਾਕੇ ਤੋਂ ਬੜੇ ਕਿਸੇ ਦੂਸਰੇ ਇਲਾਕੇ 'ਚ ਨਿਕਲੇ ਹਾਂ, ਕਿਤੇ ਲੰਮੇ ਦੂਰ ਕਿਤੇ ਇਲਾਕੇ 'ਚ ਇਲਾਕਾ ਪੁੱਛ ਲੈਂਦੇ ਹਾਂ। ਭਾਈ ਮਮਤਾਜ਼ ਸਾਹਿਬ ਮੇਰੇ ਨਾਲ ਆ, ਭਾਈ ਮਮਤਾਜ਼ ਸਾਹਿਬ ਕੋਲ ਅੱਜ ਅਸੀਂ ਮਹਿਮਾਨ ਸੀਗੇ, ਅਤੇ ਇਹਨਾਂ ਦੇ ਟਰੈਕਟਰ ਇੱਥੇ ਨੇ, ਇਹਨਾਂ ਦੇ ਦੋਸਤ ਨੇ ਭਾਈ ਆਸਫ ਸਾਹਿਬ, ਉਹਨਾਂ ਨਾਲ ਵੀ ਤੁਹਾਨੂੰ ਮੈਂ ਮਿਲਾਵਾਂਗਾ। ਅਤੇ ਉਹਨਾਂ ਕੋਲ 640 ਹੈ, ਇਹ ਇਲਾਕਾ ਜਿਹੜਾ ਮਮਤਾਜ਼ ਭਾਈ, ਇਹ 640 ਦਾ ਹੈ ਜੀ। ਆ ਫੀਏਡ ਦਾ ਇਲਾਕਾ ਹੈ, ਫੀਏਡ ਦਾ ਫੀਏਡ ਦਾ ਇਲਾਕਾ ਇੱਥਾਂ। ਸਹੀ ਹੈ, ਗਾਜ਼ੀ 480, 640 ਹੈ, ਫੀਏਡ ਦਾ ਹੀ ਹੈ, ਨਿਊ ਹਾਲੈਂਡ ਦਾ ਇਲਾਕਾ। ਤੇ ਮੈਸੀ ਤੁਸੀਂ ਤੁਹਾਡੇ ਕੋਲ ਮੇਰੇ ਖਿਆਲ ਜੀ ਇੱਕਾ ਦੁੱਕਾ ਮੈਸੀ ਹੈ, ਇੱਕਾ ਦੁੱਕਾ ਮੈਸੀ ਹੈ, 240 ਤਾਂ ਇਹ, ਲੇਕਿਨ ਇਹ ਵੱਡਾ ਟਰੈਕਟਰ ਕੋਈ ਇੱਕਾ ਦੁੱਕਾ ਟਰੈਕਟਰ ਹੈ, ਇੱਕਾ ਦੁੱਕਾ ਟਰੈਕਟਰ ਹੈ ਜੀ। ਉਹ ਇੱਕ ਪ੍ਰੋਪਰ ਕਨਵਰਸੇਸ਼ਨ ਹੋਏਗੀ ਇਨਸ਼ਾਅੱਲਾ, ਉਹ ਸਾਰੇ ਜਿਹੜੇ 640 ਵਾਲੇ ਭਾਈ ਨੇ ਜਾਂ ਮੈਸੀ ਵਾਲੇ, ਉਹਨਾਂ ਨੂੰ ਬਿਠਾ ਕੇ ਗੱਲਬਾਤ ਮੈਂ ਕਰਾਂਗਾ। ਤੇ ਇਹ ਵਾਲਾ ਰੂਟਰ ਇਹਨਾਂ ਨੇ ਲੱਭਿਆ ਆ, ਪਹਿਲੇ ਭਾਈ ਮਮਤਾਜ਼ ਆਪਣਾ ਇਲਾਕਾ ਦੱਸੋ, ਮੈਂ ਉਹ ਨਹੀਂ ਦੱਸ ਸਕਿਆ ਕਿੱਥੇ ਆਪਾਂ। ਜਲਾਲਪੁਰ ਪੀਰਵਾਲਾ, ਜ਼ਿਲ੍ਹਾ ਮੁਲਤਾਨ, ਤਹਿਸੀਲ ਜਲਾਲਪੁਰ ਪੀਰਵਾਲਾ, ਜ਼ਿਲ੍ਹਾ ਮੁਲਤਾਨ, ਜ਼ਿਲ੍ਹਾ ਮੁਲਤਾਨ ਜੀ। ਇਹ ਐਮ ਮਕਰਮ ਜ਼ਰਈ ਇੰਡਸਟਰੀ ਮਾਨਾਂਵਾਲੇ ਦਾ ਰੂਟਰ ਜੀ, ਐਮ ਮਕਰਮ ਜ਼ਰਈ ਇੰਡਸਟਰੀ ਮਾਨ, ਠੀਕ ਹੈ ਜੀ। ਇਹ ਕਿੰਨੇ ਕਟਰ ਹੈ ਜੀ? ਇਹ 60 ਕਟਰ ਹੈ ਭਾਈ ਜਾਨ। ਇਹ ਕਦੋਂ ਲਿਆ ਸੀ ਆਪਾਂ? ਇਹ ਤਕਰੀਬਨ ਇਹਨੂੰ 6 ਮਾਹ ਹੋ ਗਏ ਨੇ। 6 ਮਹੀਨੇ? 6 ਮਹੀਨੇ। ਕਿੰਨੇ ਦਾ ਆਇਆ ਸੀ ਭਾਈ ਇਹ? ਉਦੋਂ ਆਇਆ ਸੀ 4,20,000 ਦਾ। 4,20,000 ਉੱਥੇ ਭਰਿਆ, 4,20,000 ਉੱਥੇ ਦਿੱਤਾ, 20,000 ਡਾਲੇ ਵਾਲਾ ਲੈ ਗਿਆ ਸੀ। ਅੱਛਾ ਜੀ, 440 ਸਾਨੂੰ ਘਰ ਇੱਥੇ ਆ ਕੇ ਮਿਲ ਗਿਆ, ਘਰ ਮਿਲਿਆ ਤੁਹਾਨੂੰ ਜੀ। ਤੇ ਇਹ ਸਾਈਂ ਤਾਂ ਇਹ ਕਿਵੇਂ ਚੱਲਾ ਸਾਈਂ? ਬਸ ਠੀਕ ਚੱਲਿਆ, ਅਲਹਮਦੁਲ। ਥੋੜ੍ਹਾ ਜਿਹਾ ਇਹਦਾ ਮਸਲਾ ਆਇਆ ਹਾ ਗਰਾਰੀ ਦਾ। ਅੱਛਾ, ਮੈਂ ਉਹਨਾਂ ਕੋਲ ਕਾਲ ਕੀਤੀ ਸੀ, ਇੱਕ ਕਾਲ ਦੇ ਜੀ, ਆ ਉਹ ਸਾਈਡ ਦਾ, ਉਹ ਆਇਆ ਨਹੀਂ, ਥਈ ਸੈੱਟ ਕਰਕੇ, ਸੈੱਟ ਮੁਕੰਮਲ ਵੀ ਆ ਪਾ ਕੇ ਦੇ ਗਏ ਹਨ, ਨਵਾਂ ਪਾ ਗਿਆ ਸਰ, ਨਵਾਂ ਪਾ ਕੇ ਦੇ ਗਏ ਹਨ। ਉਹ ਤੋਂ ਬਾਅਦ ਇਹ ਸੈੱਟ ਚੱਲਦਾ ਪਏ, ਮਜ਼ੀਦ ਇਹਦੀ ਵੱਲ ਹੁਣ ਤੁਸੀਂ ਚੈੱਕ ਰਹਿੰਦੇ ਪਏ, ਅਗਰ ਕੋਈ ਪ੍ਰੋਬਲਮ ਹੋ ਸੀ ਕੋ ਤਾਂ ਉਹ ਤੁਹਾਡੇ ਸਾਹਮਣੇ ਆਵੇ ਸੀ, ਵੱਲ ਹੋ ਸੀ ਇਹ ਕੋ ਤੂੰ ਸਭ ਸਾਡੇ ਨਾਲੋਂ ਬਖੂਬੀ ਜ਼ਿਆਦਾ ਸਮਝਦੇ ਬਈ। ਠੀਕ ਹੈ, ਨਹੀਂ ਇਦਾਂ ਨਾ ਵੀ ਤੁਸੀਂ ਚਲਾਇਆ ਨਾ ਵੀ ਉਹਦੇ ਮੁਤਾਬਕ ਤੁਹਾਡੇ ਕੋਲ ਕਿਦਾਂ ਚੱਲਿਆ? ਠੀਕ ਚੱਲਿਆ, ਲੇਕਿਨ ਅਸਾਂ ਨਾ ਸਾਡੇ ਰਕਬੇ ਦੇ ਮੁਤਾਬਕ ਅਸਾਂ ਟਰੈਕਟਰ ਕੋ 1800 RPM ਤੇ ਕਹਿਣੀ ਗਿਆਨ ਕੇ ਵੰਦਾ। ਅੱਛਾ, 1400 1500 1400 1415 ਹੀ ਰੇਂਜ ਚ ਰੱਖੇ ਨੇ ਅਸਾਂ ਟਰੈਕਟਰ ਕੋ। 1800 RPM ਤੇ ਸਾਡਾ ਨਾ ਰਕਬਾ ਚੱਲੇ ਤੇ ਰੇਤ ਰਕਬਾ, ਕਿਉਂਕਿ ਸਹੀ ਹੈ ਬਸ 1415 ਨਾਰਮਲ ਰੇਸ ਤੇ ਇਥੇ ਹੀ ਚੱਲਦੇ। ਠੀਕ ਹੈ ਭਈਆ, ਠੀਕ ਚੱਲਦਾ ਹੈ, ਠੀਕ ਹੋ ਗਿਆ। ਕੋਈ ਇਸ ਤੋਂ ਇਲਾਵਾ ਤਾਂ ਨਹੀਂ ਕੋਈ ਕੰਮ ਕੱਢਿਆ ਜਿਹੜਾ ਉਹ ਚੇਂਜ ਕਰ ਗਏ? ਨਾ 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 ਭਈਆ, ਕੋਈ ਮਸਲਾ ਕਹਿ, ਉਹ ਵੀ ਗੂੰਜ ਸੀਗੀ ਜਾਂ ਕੀ ਵਜ੍ਹਾ ਸੀ ਗੂੰਜ? ਨਾ ਆਵਾਜ਼ ਨਾ, ਇੱਕ ਗਰਾਰੀ ਦਾ ਮਸਲਾ ਆ, ਉਹ ਗਰ ਗਰ ਕਰਦੀ ਆਵਾਜ਼ ਥੋੜ੍ਹੀ ਜਿਹੀ, ਅਪਸੈਟ ਹੈ ਉਹਦੀ ਗਰਾਰੀ ਦਾ ਡੰਦਾ ਨਾ ਪੂਰੀ ਪਿੱਚ ਕਹਿਣਾ ਹੈ। ਫਿਰ ਤੁਸੀਂ ਉਹਨਾਂ ਨੂੰ ਕਾਲ ਕੀਤੀ ਸੀ? ਕਾਲ ਕੀਤੀ ਜੀ, ਉਹ ਆ ਗਿਆ ਇੱਥੇ, ਉਹ ਇੱਥੇ ਆ ਗਏ ਤੇ ਮਾਨਾਲੇ ਦਾ ਤੇ ਇੱਥੇ ਦਾ ਸਫ਼ਰ ਤਕਰੀਬਨ ਕਾਫੀ ਸਫ਼ਰ ਬਣ ਜਾਂਦਾ ਜੀ। ਲਾਹੌਰ ਕੋ ਟੱਚ ਕਰਨ ਦੇ ਕਮ ਅਜ਼ ਕਮ 450 ਕਿਲੋਮੀਟਰ ਸਫ਼ਰ ਹੈ ਇੱਥੋਂ, ਇੱਥੋਂ ਤੇ ਮਾਨਾਲੇ ਦਾ ਜੀ। ਇੱਥੇ ਆ ਕੇ ਉਹਨਾਂ ਨੇ ਤੁਹਾਨੂੰ ਕੋਈ ਆਪਣਾ ਜਿਸ ਵੇਲੇ ਗਰਾਰੀ ਬਦਲਣ ਲੱਗੇ ਆ ਕੋਈ ਤੰਗੀ ਤਲਬੀ ਤਾਂ ਨਹੀਂ ਦਿੱਤੀ? ਪੈਸੇ ਤਾਂ ਨਹੀਂ? ਬਿਲਕੁਲ ਨਹੀਂ, ਕੋਈ ਚੀਜ਼ ਨਾ, ਖਰਚਾ ਪਾਣੀ ਕੋਈ ਚੀਜ਼ ਨਾ, ਕੋਈ ਸ਼ੈ ਨਹੀਂ, ਬਿਲਕੁਲ ਇਹ ਬਿਹਤਰੀਨ ਚੱਲਿਆ ਹੈ ਜੀ, ਬਿਲਕੁਲ। ਇਹ ਤੁਸੀਂ ਮੈਸੀ ਪਿੱਛੇ ਚਲਾਉਂਦੇ ਆ? ਸਿਰਫ ਸਿਰਫ ਮੈਸੀ ਪਿੱਛੇ ਨਹੀਂ, ਉਹ ਇੱਕ ਮੰਗਵੇਂ ਲੈ ਵੀ ਜਾਂਦੇ ਨੇ। ਸਹੀ ਹੈ ਜੀ, ਆ ਹੋਰ ਕਿਹੜੇ ਟਰੈਕਟਰ ਮਗਰ ਚੈੱਕ ਕੀਤਾ? ਗਾਜ਼ੀ ਪਿੱਛੇ ਚੈੱਕ ਕੀਤਾ ਭਾਈ ਜੀ। ਗਾਜ਼ੀ ਪਿੱਛੇ ਕਿਵੇਂ ਚੱਲਿਆ? ਗਾਜ਼ੀ ਪਿੱਛੇ ਬਿਲਕੁਲ ਠੀਕ ਚੱਲਿਆ, ਬਿਹਤਰੀਨ ਬਿਹਤਰੀਨ। ਠੀਕ ਹੈ ਜੀ, ਇਹ ਹੁਣ ਤੁਸੀਂ ਆ ਮੈਸੀ ਪਿੱਛੇ ਆਖੋ ਤਾਂ ਗਾਜ਼ੀ ਮੰਗਵਾ ਕੇ ਗਿੰਦੇ, ਗਾਜ਼ੀ ਪਿੱਛੇ ਟੈਸਟਿੰਗ ਕਰ ਗਿੰਦੇ ਹੈ। ਅੱਛਾ, ਇਹ 60 ਕਟਰ ਦੀ? 60 ਆ ਨਾ? ਆ 60 ਕਟਰ ਹੈ, 60 ਕਟਰ ਦੀ ਜੀ। ਠੀਕ ਹੈ, ਇਹਦੀ ਪਮੈਸ਼ ਦਾ ਪਤਾ ਵੀ ਕਿੰਨੀ ਹੈ ਤਕਰੀਬਨ ਇਹ? ਨਾ ਇਹ ਪਮੈਸ਼ ਦਾ ਪਤਾ ਕਹਿ ਨਹੀਂ ਭਾਈ ਜਾਨ, ਕਿਉਂਕਿ ਸਾਡਾ ਪਲਾਂਟ ਰੇ ਨਾ 2 ਬੈੱਡ ਭਈ ਆਰਾਮ ਨਾਲ ਚਾ ਕੇ ਵੰਦੇ ਪਿਆ। ਅੱਛਾ, 60 ਕਟਰ ਠੀਕ ਹੋ ਗਿਆ। ਚਲੋ ਜੀ ਠੀਕ ਹੈ ਭਾਈ ਮਮਤਾਜ਼, ਇਹ ਸਾਨੂੰ ਚਲਾ ਕੇ ਦਿਖਾਓ ਜ਼ਰਾ। ਨਾ ਕਪਾਹ ਦੇ, ਮੱਕੀ ਇਧਰ ਲੱਗਦੀ ਨਹੀਂ ਜੀ? ਮੱਕੀ ਇੱਥੇ ਕਹਿ ਨਹੀਂ, ਇਹਦਾ ਕਪਾਹ ਤੇ ਬਸ ਗੰਦਮ, ਗੰਦਮ ਲੱਗਦੀ ਹੈ। ਗੁੱਡ ਹੋ ਗਿਆ ਜੀ। ਲਓ ਜੀ ਮਮਤਾਜ਼ ਭਾਈ, ਇਹਨੂੰ ਹੁਣ ਥੋੜ੍ਹਾ ਜਿਹਾ ਚਲਾ ਕੇ ਸਾਨੂੰ ਦਿਖਾਓ ਜ਼ਰਾ ਵੀ ਕਿੱਦਾਂ ਚੱਲਦਾ ਹੈ ਤੇ ਕੈਸਾ ਚੱਲਦਾ ਹੈ। ਮਾਸ਼ਾਅੱਲਾ, ਬਾਕੀ ਤੁਹਾਡਾ ਫੀਡਬੈਕ ਆ ਗਿਆ ਤੇ ਦੇਖਦੇ ਹਾਂ ਜੀ ਭਾਈ ਮਮਤਾਜ਼ ਚਲਾਉਂਦੇ, ਅੱਲਾ ਖੈਰ ਕਰੇ ਵੀ ਕੈਸਾ ਚੱਲਦਾ ਹੈ। ਆ ਜੀ ਤੀਜੇ ਲੋ ਇਸ ਜੀ, ਤੀਜੇ ਲੋ ਨਹੀਂ, ਤੀਸਰੇ 'ਚ ਸਹੀ ਚੱਲੇਗਾ। ਬਸ 21 ਮਾਡਲ, ਪਹਿਲੇ ਦੂਜਾ ਫਿਰ ਤੀਜਾ। ਸਾਈਂ ਦੂਸਰਾ ਹੈ ਜੀ,
ਇਹ ਦੂਸਰੇ ਗੇਅਰ ਦਾ ਜਨਾਬ ਕਟਾਈ ਮੁਮਤਾਜ਼ ਬਾਈ ਕਿੰਨੀ ਰੇਸ ਤੇ ਚਲਾਉਂਦੇ ਹੁੰਦੇ 1400 RPM ਦੇ ਉੱਤੇ 1400 ਦੇ ਇਸ ਤੋਂ ਉੱਤੇ ਦੀ ਲੋਡ ਹੀ ਨਹੀਂ ਪੈਂਦੀ ਨਹੀਂ ਲੋਡ ਨਹੀਂ ਪੈਂਦੀ ਪਿੱਛੇ ਦੇ ਆਪਣਾ ਕੁਤਰਾਈ ਪਿੱਛੇ ਚੈੱਕ ਕਰੋ ਕੁਤਰਾਈ ਤਾਂ ਬਿਹਤਰੀਨ ਆ ਸਹੀ ਆ ਗੁੱਡ ਹੋ ਗਿਆ ਚਲੋ ਲੈ ਆਓ ਇਹ ਜਨਾਬ ਦੂਸਰੇ ਚੱਲਦਾ ਪਿਆ ਹੈ ਬੜੀ ਕੁਤਰਾਈ ਹੈ ਯਾਰ ਇਹਨਾਂ ਦੀ ਹੈ ਨਾ ਲੱਗ ਅਖੀਰ ਹੈ ਇਹਨਾਂ ਦਾ ਭਾਅ ਜੀ ਹੁਣ ਤੀਸਰਾ ਲੋਅ ਆ ਜੀ